ਸਾਰੀਆਂ ਸੰਤਾਂ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਨਾਲ ਹੀ ਮੈਂ ਸੰਗਤ ਜੀ ਨੂੰ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਲੋਕ ਹੈ, ਉਸ ਨੂੰ ਅੱਜ ਇਹ ਸਾਰਿਆਂ ਨੇ ਨਾਲ ਪੜ੍ਹਨਾ ਹੈ ਔਰ ਪੜ੍ਹ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮੇਰਾ ਨਾਮ ਅਰਜਿੰਦਰਪਾਲ ਸਿੰਘ, ਮਹਾਂਸਚਿਵ ਗੁਰਦੁਆਰਾ ਗੁਰੂ ਕਾ ਬਾਗ ਬਦਨਗਰ। ਆਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਾ 550ਵਾਂ ਪ੍ਰਕਾਸ਼ ਪੁਰਬ ਕੇ ਉਪਲਕਸ਼ ਮੇਂ ਸਮੂਹ ਜਗਤ ਕੋ ਦਾਸ ਕੀ ਤਰਫ ਸੇ, ਗੁਰਦੁਆਰਾ ਸੰਘ ਦੀ ਤਰਫ ਸੇ ਬਹੁਤ ਬਹੁਤ ਵਧਾਈ ਦੀ ਜਾਂਦੀ ਹੈ। ਅੱਜ ਗੁਰਦੁਆਰਾ ਗੁਰੂ ਕਾ ਬਾਗ ਮੇਂ ਸਮਾਗਮ ਚੱਲ ਰਿਹਾ ਹੈ, ਕੀਰਤਨ ਦਰਬਾਰ, ਉਸਕੇ ਉਪਰੰਤ ਲੈਕਚਰ ਬੱਚੋਂ ਦੁਆਰਾ ਹੋ ਰਿਹਾ ਹੈ ਅਤੇ ਔਰ ਉਸਕੇ ਉਪਰੰਤ ਗੁਰੂ ਕੇ ਲੰਗਰ ਵੀ ਹੋਣਗੇ। ਆਪ ਸਭ ਕੋ ਆਜ ਕੇ ਦਿਨ ਕੀ ਬਹੁਤ ਵਧਾਈ ਦੀ ਜਾਂਦੀ ਹੈ ਔਰ ਸ਼ਾਮ ਕੇ ਦੀਵਾਨ ਮੇਂ ਪਹੁੰਚਣੇ ਕੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਕਾ ਬਾਗ ਮਧੂਨਗਰ ਮੇਂ ਜਿਸ ਤਰ੍ਹਾਂ ਸੇ ਦੇਖ ਰਹੇ ਅੰਮ੍ਰਿਤ ਵੇਲੀ ਵਰਸਾ, ਕਿ ਅੰਮ੍ਰਿਤ ਵੇਲੀ ਵਰਸਾ 550 ਸਾਲ ਗੁਰੂ ਦੇ ਨਾਲ। ਅੱਜ ਹਮਾਰੇ ਮਾਂ ਪਿਓ ਜੋ ਹਮ ਕੀਰਤਨ ਮੇਂ ਕਹਿਤੇ ਸਭਨਾ ਦਾ ਮਾਂ ਪਿਓ ਆਪ ਹੈ, ਗੁਰੂ ਨਾਨਕ ਦੇਵ ਜੀ ਕਾ ਪ੍ਰਕਾਸ਼ ਪੁਰਬ ਹੈ, ਬੜੇ ਹਰਸ਼ੋਲਾਸ ਕੇ ਸਾਥ ਮਨਾ ਰਹੇ ਹੈ। ਸੁਬਹੇ ਸੇ ਲੈ ਕੇ ਸੰਗਤੋਂ ਕੀ ਹਜ਼ਾਰੋਂ ਕੀ ਸੰਗਤੇ ਹਰ ਗੁਰਦੁਆਰੇ ਮੇਂ ਆਗਰਾ ਕੇ ਦਰਸ਼ਨ ਕਰ ਰਹੀ ਹੈ। ਇਸਕੇ ਬਾਅਦ ਸ਼ਾਮ ਕੋ ਜੋ ਅਲੌਕਿਕ ਨਜ਼ਾਰਾ ਹੋਗਾ, ਭਵਿਆ ਗੁਰਦੁਆਰੇ ਸਾਹਿਬ ਸਜੇ ਹੈ, ਭਵਿਆ ਆਤਿਸ਼ਬਾਜ਼ੀ ਹੋਗੀ, ਵਾਸਤਵ ਮੇਂ ਅਦਭੁਤ ਨਜ਼ਾਰਾ ਹੈ। ਗੁਰੂ ਪਿਆਰੀ ਸੰਗਤੋਂ ਬੜ ਚੜ ਕਰ ਸ਼ਾਮ ਕੋ ਹਿੱਸਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਗੋਪਾਲ ਸਿੰਘ ਜੀ ਜੈ ਗੁਰਦੁਆਰੇ ਆਪਣਾ ਕੀਰਤਨ ਸਭਨ ਕਰਾਂ ਸਭ ਸੰਤਾਂ ਨੂੰ, ਔਰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੋ ਕਿ ਕਰਤਾਰਪੁਰ ਸਾਹਿਬ ਦਾ ਹੋਰ ਜੋੜ ਵੀ ਸਾਡੇ ਨਾਲ ਖੁੱਲ੍ਹਾ ਗਿਆ, ਉਹਦੇ ਸਾਡੇ ਲੱਖ ਲੱਖ ਵਧਾਈ ਹੋਏ ਸਾਰਿਆਂ ਨੂੰ, ਔਰ ਗੁਰੂ ਨਾਨਕ ਦੇਵ ਜੀ ਦੀ 550 ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਸਾਰੀ ਸੰਤਾਂ ਨੂੰ।